ਮੈਂ ਜੌਬ ਛੱਡ ਕੇ ਹਲਕਾ ਨਿਹਾਲ ਸਿੰਘ ਵਾਲੇ ਦੇ 15 ਸਾਲ ਤੋਂ 16 ਸਾਲ ਤੋਂ ਲਗਾਤਾਰ ਹਰ ਲੋਕ ਟਾਈਮ ਹਾਜ਼ਰ ਰਿਹਾ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਹਾਜ਼ਰ ਰਿਹਾ ਪਾਰਟੀ ਦੀਆਂ ਜਿੰਨੀਆਂ ਗਤੀਵਿਧੀਆਂ ਸੀ ਉਹ ਆਪ ਦੇ ਤਲਫੁਲ ਦੇ ਨਾਲ ਆਪ ਦੇ ਘਰੋਂ ਖਰਚਾ ਕਰਕੇ ਪਾਰਟੀ ਦੇ ਜਿਹੜੇ ਸਾਰੇ ਪ੍ਰੋਗਰਾਮ ਕਰਦਾ ਰਿਹਾ ਮੇਰਾ ਕੋਈ ਕੰਪੀਟੀਟਰ ਵੀ ਨਹੀਂ ਸੀਗਾ ਕੋਈ ਪਾਰਟੀ ਦੇ ਵਿੱਚੋਂ ਕੰਮ ਹੀ ਨਹੀਂ ਸੀ ਕਰ ਰਿਹਾ ਇਕੱਲਾ ਮੈਂ ਪਾਰਟੀ ਦੇ ਵਿੱਚ ਕੰਮ ਕਰ ਰਿਹਾ ਸੀ ਇੰਨਾ ਮੈਂ ਘਰ ਦੇ ਵਿੱਚੋਂ ਜਿਹੜਾ ਮੈਂ ਆਪਦੇ ਬੱਚਿਆਂ ਦੇ ਮੂੰਹ ਵਿੱਚੋਂ ਪੈਸਾ ਕੱਢ ਕੇ ਪਾਰਟੀ ਲਈ ਲਾਇਆ ਪਰ ਮੈਨੂੰ ਬਹੁਤ ਅੱਜ ਭਰੇ ਮਨ ਨਾਲ ਮੈਂ ਦੁੱਖ ਮਹਿਸੂਸ ਕਰਦਾ ਕਿ ਪਾਰਟੀ ਨੇ ਮੇਰੀਆਂ ਮਿਹਨਤ ਨਾ ਮੇਰੀ ਮਿਹਨਤ ਦੇਖੀ ਨਾ ਮੇਰੀ ਸੇਵਾ ਦੇਖੀ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ 2022 ਤੋਂ ਲੈ ਕੇ ਜਿਹੜਾ ਸਰਗਰਮੀਆਂ ਬਹੁਤ ਹੀ ਤੇਜ਼ ਹੋ ਚੁੱਕੀਆਂ ਨੇ ਜੇ ਮੈਂ ਗੱਲ ਕਰਾਂ ਸ਼੍ਰੋਮਣੀ ਅਕਾਲੀ ਦਲ ਦੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਹੈਗਾ ਕੁਝ ਉਮੀਦਵਾਰਾਂ ਦੇ ਨਾਮ ਜਿਹੜੇ ਹੈਗੇ ਨੇ ਅਨਾਉਂਸ ਵੀ ਕਰ ਦਿੱਤੇ ਗਏ ਨੇ ਜੇ ਆਪਾਂ ਗੱਲ ਕਰੀਏ 117 ਸੀਟਾਂ ਦੇ ਵਿੱਚ ਜਿਹੜਾ ਹੈਗਾ ਹੁਣ ਜਿਹੜਾ ਹੈਗਾ ਬਸਪਾ ਦੇ ਨਾਲ ਵੀ ਇਹਨਾਂ ਦੀ ਜਿਹੜੀ ਕੀ ਹੈ ਵਿ ਸੈਟਿੰਗ ਹੈਗੀ ਆ ਔਰ ਕੁਝ ਸੀਟਾ ਬਸਪਾ ਨੂੰ ਜਾਣੀਆਂ ਪਰ ਜੇ ਮੈਂ ਗੱਲ ਕਰਾਂ ਸ਼੍ਰੋਮਣੀ ਅਕਾਲੀ ਦਲ ਦੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਣ ਟਿਕਰ ਦੇਣੀਆਂ ਗਈਆਂ ਨੇ 69 ਸੀਟਾਂ ਦੀ ਜਿਹੜੀ ਹੈਗੀ ਹੈ ਉਹ ਨਾਮੀਨੇਸ਼ਨ ਜਿਹੜੀ ਹੈਗੀ ਅਨਾਉਂਸ ਕਰ ਦਿੱਤੀ ਗਈ ਆ ਉਮੀਦਵਾਰਾਂ ਦੇ ਨਾਮ ਜਿਹੜੇ ਹੈਗੇ ਨੇ ਉਹ ਕਰ ਦਿੱਤੇ ਗਏ ਨੇ ਪਰ ਜੇ ਆਪਾਂ ਗੱਲ ਕਰੀਏ ਜ਼ਿਲ੍ਹਾ ਮੋਗਾ ਦੀ ਤੇ ਜ਼ਿਲ੍ਹਾ ਮੋਗਾ ਦੇ ਵਿੱਚ ਚਾਰ ਵਿਧਾਨ ਸਭਾ ਹਲਕੇ ਨੇ ਜਿਨ੍ਹਾਂ ਦੇ ਵਿੱਚੋਂ ਧਰਮਕੋਟ ਤੋਂ ਜਥੇਦਾਰ ਤੋਤਾ ਸਿੰਘ ਮੋਗਾ ਤੋਂ ਉਹਨਾਂ ਦੇ بیٹے ਬਰਜਿੰਦਰ ਸਿੰਘ ਬਰਾੜ ਤੇ ਬਾਗਾਪੁਰਾਣਾ ਤੋਂ ਦੀਰ ਸਿੰਘ ਮਾਲਾ ਜੋ ਕਿ ਜ਼ਿਲ੍ਹਾ ਪ੍ਰਧਾਨ ਅਗੇ ਨੇ ਇਹ ਤਿੰਨ ਟਿਕਟਾਂ ਜਿਹੜੀਆਂ ਹੈਗੀਆਂ ਸੁਖਬੀਰ ਸਿੰਘ ਬਾਦਲ ਵੱਲੋਂ ਪਹਿਲਾਂ ਹੀ ਅਨਾਉਂਸ ਕਰ ਦਿੱਤੀਆਂ ਗਈਆਂ ਸੀਗੀਆਂ ਪਰ ਚੌਥੀ ਟਿਕਟ ਜਿਹੜੀ ਕਿ ਮੇਨ ਟਿਕਟ ਆਪਾਂ ਕਹਿ ਸਕਦੇ ਆ ਜਿਹੜੀ ਕਿ ਗੜ੍ਹ ਕਹਿ ਸਕਦੇ ਆ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਹੈਗਾ ਉਹ ਸੀ ਨਿਹਾਲ ਸਿੰਘ ਵਾਲਾ ਨਿਹਾਲ ਸਿੰਘ ਵਾਲਾ ਦੀ ਜੇ ਆਪਾਂ ਗੱਲ ਕੀਤੀ ਜਾਵੇ ਤਾਂ ਨਿਹਾਲ ਸਿੰਘ ਵਾਲਾ ਤੋਂ ਲੰਬੇ ਸਮੇਂ ਤੋਂ ਜਿਹੜਾ ਹੈਗਾ ਭੁਪਿੰਦਰ ਸਿੰਘ ਸਾਹੋਕੇ ਜਿਹੜੇ ਕਿ ਆਪਾਂ ਕਹਿ ਸਕਦੇ ਆ ਕਿ 2001-02 ਤੋਂ ਲੱਗੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋ 20-21 ਸਾਲਾਂ ਤੋਂ ਜਿਹੜਾ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰ ਰਹੇ ਨੇ ਔਰ 2017 ਦੇ ਵਿੱਚ ਵੀ ਜਦੋਂ ਉਹਨਾਂ ਨੇ ਦਾਵੇਦਾਰੀ ਨਿਹਾਲ ਸਿੰਘ ਵਾਲਾ ਤੋਂ ਕੀਤੀ ਸੀ ਤੇ ਪਾਰਟੀ ਹਾਈ ਕਮਾਂਡ ਵੱਲੋਂ ਜਿਹੜਾਗਾ ਉਹਨਾਂ ਨੂੰ ਜਗਰਾਉਂ ਤੋਂ ਜਿਹੜੀ ਹੈਗੀ ਆ ਉਹਨਾਂ ਨੂੰ ਟਿਕਟ ਜਿਹੜੀ ਹੈਗੀ ਇਹ ਦੇ ਦਿੱਤੀ ਗਈ ਸੀ ਉੱਥੇ ਉਹਨਾਂ ਦੀ ਵਾਈਪ ਵੱਲੋਂ ਜਿਹੜਾਗਾ ਇਲੈਕਸ਼ਨ ਲੜਿਆ ਗਿਆ ਸੀਗਾ ਭੁਪਿੰਦਰ ਸਿੰਘ ਸਾਹੋਕੇ ਜਿਨ੍ਹਾਂ ਨੇ ਕਿ ਆਪਣੀ ਸਾਰੀ ਲਾਈਫ ਜਿਹੜੀ ਹੈਗੀ ਆ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਕੱਢੀ ਉਸ ਤੋਂ ਪਹਿਲਾਂ ਉਹ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਦੇ ਵਾਈਫ ਜਿਹੜੇ ਸੀਗੇ ਉਹ ਟੀਚਰ ਸਨ ਸਿਰਫ ਸ਼੍ਰੋਮਣੀ ਅਕਾਲੀ ਦਲ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੇ ਜਿਹੜਾ ਹੈਗਾ ਜੌਬ ਵੀ ਛੱਡ ਦਿੱਤੀ ਆਪਣੀ ਟੀਚਰ ਦੀ ਜੌਬ ਜਿਹੜੀ ਕਿ ਗੁਰੂ ਦੀ ਜੌਬ ਸੀ ਜਿੱਥੇ ਕਿ ਉਹਨਾਂ ਕੋਲ ਰੋਜ਼ ਦੇ ਰੋਜ਼ ਜਿਹੜੇ ਕਿ ਸੈਂਕੜੇ ਬੱਚੇ ਵਿੱਦਿਆ ਪ੍ਰਾਪਤ ਕਰਕੇ ਜਾਂਦੇ ਸੀਗੇ ਔਰ ਦੇਸ਼ ਦੇ ਉੱਚ ਕੋਟੀਆਂ ਦੇ ਅਹੁਦੇ ਤੇ ਉੱਤੇ ਬੈਠਦੇ ਸੀਗੇ ਉਹਨਾਂ ਨੇ ਉਸ ਚੀਜ਼ ਦੀ ਪਰਵਾਹ ਨਾ ਕੀਤੀ ਔਰ ਪਾਰਟੀ ਦੀ ਸੇਵਾ ਕਰਨ ਵਾਸਤੇ ਪਾਰਟੀ ਦੇ ਨਾਲ ਜੁੜ ਗਏ ਹੁਣ ਮਸਲਾ ਆ ਗਿਆ ਏ ਕਿ ਹੁਣ ਜਿਹੜੀਆਂ 5 ਸੀਟਾਂ ਪਿਛਲੇ ਦਿਨੀ ਅਨਾਉਂਸ ਕੀਤੀਆਂ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਉਹਨਾਂ ਦੇ ਵਿੱਚੋਂ ਜਿਹੜੀ ਹੈਗੀ ਕਿ ਨਿਹਾਲ ਸਿੰਘ ਵਾਲਾ ਦੀ ਸੀਟ ਜਿਹੜੀ ਹੈਗੀ ਆ ਬਲਦੇਵ ਸਿੰਘ ਮਾਨੂੰਕੇ ਨੂੰ ਜਿਹੜੀ ਹੈਗੀ ਦੇ ਦਿੱਤੀ ਗਈ ਜਿੱਥੇ ਕਿ ਦਾਅਵੇਦਾਰੀ ਜਿਹੜੀ ਹੈਗੀ ਆ ਲਗਾਤਾਰ ਉਹ ਬੰਦੀ ਸੀਗੀ ਪਪਿੰਦਰ ਸਿੰਘ ਸਾਹੋਕੇ ਦੀ ਅਸੀਂ 2 ਦਿਨ ਪਹਿਲਾਂ ਫੈਕਟ ਨਿਊਜ਼ ਦੇ ਉੱਤੇ ਅਸੀਂ ਤੁਹਾਨੂੰ ਇੱਕ ਖਬਰ ਵੀ ਦਿਖਾਈ ਸੀ ਜਿਹੜੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗ ਹੋਈ ਸੀ ਔਰ ਉਸ ਮੀਟਿੰਗ ਦੇ ਵਿੱਚ ਤੁਸੀਂ ਦੇਖਿਆ ਚਿਗਾ ਕਿ ਹਜ਼ਾਰਾਂ ਦਾ ਇਕੱਠ ਜੜਾ ਸੀਗਾ ਇਕੱਠਾ ਹੋਇਆ ਜਿਗਾ ਔਰ ਮੰਗ ਕਰ ਰਿਹਾ ਸੀਗਾ ਕਿ ਜਿਹੜੀ ਹੈਗੀ ਐ ਇਸ ਵਾ ਟਿਕਟ ਜਿਹੜੀ ਹੈਗੀ ਪਪਿੰਦਰ ਸਿੰਘ ਸਾਹੋਕੇ ਨੂੰ ਦਿੱਤੀ ਜਾਵੇ ਜਾਂ ਉਹਨਾਂ ਦੀ ਧਰਮ ਪਤਨੀ ਨੂੰ ਦਿੱਤੀ ਜਾਵੇ ਪਰ ਕੱਲ ਜਿਹੜੀ ਗੱਲ ਹੋਈ ਆ ਕਿ ਬਲਦੇਵ ਸਿੰਘ ਨੂੰ ਮਾਨੋਕੇ ਨੂੰ ਜਿਹੜੀ ਟਿਕਟ ਦਿੱਤੀ ਗਈ ਆ ਉਹਨੂੰ ਲੈ ਕੇ ਜਿਹੜਾਗਾ ਜਿੱਥੇ ਦਿਹਾਲ ਸਿੰਘ ਮਾਲਾ ਦੇ ਵਰਕਰਾਂ ਦੇ ਵਿੱਚ ਜਿਹੜਾਗਾ ਕਾਫੀ ਰੋਸ਼ ਵੀ ਪਾਇਆ ਜਾ ਰਿਹਾ ਉੱਥੇ ਭਪਿੰਦਰ ਸਿੰਘ ਸਾਹੋਕੇ ਨੂੰ ਜਿਹੜੇ ਕਿ ਲਗਾਤਾਰ ਪਾਰਟੀ ਦੇ ਨਾਲ ਕੰਮ ਕਰਦੇ ਆ ਰਹੇ ਨੇ ਔਰ ਪਾਰਟੀ ਨੂੰ ਬੁਲੰਦੀਆਂ ਤੇ ਲੈ ਕੇ ਜਾ ਰਹੇ ਨੇ ਪਰ ਉਹਨਾਂ ਦੇ ਮਨ 'ਚ ਵੀ ਮੈਯੂਸੀ ਦੀ ਛਾੜੀ ਆ ਪਾਰਟੀ ਨਾਲੋਂ ਨਰਾਜ਼ ਲੱਗ ਰਹੇ ਨੇ ਅੱਜ ਫੈਕਟ ਨਿਊਜ਼ ਦੇ ਉੱਤੇ ਸਾਡੇ ਨਾਲ ਭਪਿੰਦਰ ਸਿੰਘ ਸਾਹੋਕੇ ਅਗੇ ਨੇ ਸਭ ਤੋਂ ਪਹਿਲਾਂ ਉਹਨਾਂ ਨਾਲ ਗੱਲ ਕਰਦੇ ਆ ਕਿੰਨੇ ਕਮੇ ਉਸੀ ਆ ਰਹੀ ਕਿੰਨੇ ਕਮੇ ਉਸੀ ਜਿਹੜੀ ਤੁਹਾਡੇ ਦੇ ਪੈ ਰਹੀ ਆ ਕਿਉਂਕਿ ਟਿਕਟ ਤੇ ਕੱਟ ਗਈ ਵੈਜੀ ਖਾਲਸਾ ਵੈਜੀ ਦੀ ਫਤਿਹ ਮੇ ਉਸੀ ਦੀ ਗੱਲ ਤੁਸੀਂ ਆਪ ਹੀ ਦੇਖ ਲਓ ਮੈਨੂੰ ਲਗਾਤਾਰ ਮੈਂ ਜੋਬ ਛੱਡ ਕੇ ਹਲਕਾ ਨਿਆਲ ਸਿੰਘ ਵਾਲੇ ਦੇ 15 ਸਾਲ ਤੋਂ 16 ਸਾਲ ਤੋਂ ਲਗਾਤਾਰ ਹਰ ਲੋਕ ਟਾਈਮ ਹਾਜ਼ਰ ਰਿਹਾ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਹਾਜ਼ਰ ਰਿਹਾ ਪਾਰਟੀ ਦੀਆਂ ਜਿੰਨੀਆਂ ਗਤੀਵਿਧੀਆਂ ਸੀ ਉਹ ਆਪਦੇ ਤਲਫੁਲ ਦੇ ਨਾਲ ਆਪਦੇ ਘਰੋਂ ਖਰਚਾ ਕਰਕੇ ਪਾਰਟੀ ਦੇ ਜਿਹੜੇ ਸਾਰੇ ਪ੍ਰੋਗਰਾਮ ਕਰਦਾ ਰਿਆ ਭਾਵੇਂ ਕੋਈ ਜਿਮਨੀ ਚੋਣ ਹੋਵੇ ਭਾਵੇਂ ਕੋਈ ਪਾਰਟੀ ਨੇ ਕੋਈ ਵਿਸਣਿਆ ਲਾਇਆ ਹੋਵੇ ਭਾਵੇਂ ਕੋਈ ਤਰਨਾ ਦੇਣਾ ਭਾਵੇਂ ਕੋਈ ਵੀ ਪਾਰਟੀ ਦਾ ਪ੍ਰੋਗਰਾਮ ਸੀ ਉਹ ਵੱਧ ਚੜ ਕੇ ਵੱਡੀ ਪੱਧਰ ਤੇ ਇਸ ਪਾਰਟੀ ਦੀ ਸੇਵਾ ਕਰਦੀ ਪਰ ਤੁਸੀਂ ਦੇਖ ਰਹੇ ਹੋ ਕਿਉਂਕਿ ਮੈਂ ਲਗਾਤਾਰ ਹਲਕ ਮੋਗੇ ਜ਼ਿਲ੍ਹੇ ਨਾਲ ਤੁਸੀਂ ਵੀ ਸੰਬੰਧਤ ਹੈ ਤੇ ਮੋਗੇ ਜ਼ਿਲ੍ਹੇ ਦੇ ਵਿੱਚ ਹਲਕਾ ਨਿਹਾਲ ਸਿੰਘ ਵਾਲਾ ਦਾ ਕਿਵੇਂ ਲੋਕ ਦੱਸ ਰਹੇ ਸੀ ਵੀ ਭਵਿੰਦਰ ਸਿੰਘ ਸਾਹੂ ਕੇ ਦੀ ਵੀ ਮਿਹਨਤ ਹੈ ਜਿਹੜੀ ਉਹਦੀ ਕੀ ਰੰਗ ਲਿਆਉਗੀ ਸਾਰੇ ਸਰਵੇ ਰਿਪੋਰਟਾਂ ਸਭ ਕੁਝ ਹੋਣ ਦੇ ਬਾਵਜੂਦ ਮੇਰਾ ਕੋਈ ਕੰਪੀਟੀਟਰ ਵੀ ਨਹੀਂ ਸੀਗਾ ਕੋਈ ਬੰਦਾ ਮੁਕਾਬਲੇ ਚ ਜਾਂ ਕੋਈ ਕੰਮ ਕਰਦਾ ਹੋਣਾ ਕੋਈ ਮੁਕਾਬਲੇ ਚ ਬੰਦਾ ਕੋਈ ਨਾਲ ਮਾੜੀ ਮੋਟੀ ਵੀ ਪਾਰਟੀ ਦਾ ਕੰਮ ਕਰਦਾ ਹੋਵੇ ਕੋਈ ਪਾਰਟੀ ਦੇ ਵਿੱਚੋਂ ਕੰਮ ਹੀ ਨਹੀਂ ਸੀ ਕਰ ਰਿਹਾ ਇਕੱਲਾ ਮੈਂ ਪਾਰਟੀ ਦੇ ਵਿੱਚ ਕੰਮ ਕਰ ਰਿਹਾ ਸੀ ਇਨੇ ਲੰਬੇ ਸਮੇਂ ਤੋਂ ਹਲਕਾ ਇੰਚਾਰਜ 4.5 ਸਾਲ ਤੋਂ ਲਗਾਤਾਰ ਹਲਕਾ ਇੰਚਾਰਜ ਲੱਗਾ ਹੋਇਆ ਸੀ ਮੋਗੇ ਜ਼ਿਲ੍ਹੇ ਦੇ ਵਿੱਚ ਜਿਲ੍ਹਾ ਪ੍ਰਧਾਨ 12 ਸਾਲ ਤੋਂ ਸ਼੍ਰੋਮਣੀ ਕਾਲੀ ਦਲ ਐਸ்சி ਵਿੰਗ ਦਾ ਜਿਲ੍ਹਾ ਪ੍ਰਧਾਨ ਚੱਲ ਰਿਹਾ ਸੀ। ਇਹੋ ਜਾਂ ਅ ਇੰਨੀ ਮਿਹਨਤ ਕਰਨ ਦੇ باوجود ਇੰਨਾ ਮੈਂ ਘਰ ਦੇ ਵਿੱਚੋਂ ਜਿਹੜਾ ਮੈਂ ਆਪਦੇ ਬੱਚਿਆਂ ਦੇ ਮੂੰਹ ਵਿੱਚੋਂ ਪੈਸਾ ਕੱਢ ਕੇ ਪਾਰਟੀ ਲਈ ਲਾਇਆ ਪਰ ਮੈਨੂੰ ਬਹੁਤ ਅੱਜ ਭਰੇ ਮਨ ਨਾਲ ਮੈਂ ਦੁੱਖ ਮਹਿਸੂਸ ਕਰਦਾ ਕਿ ਪਾਰਟੀ ਨੇ ਮੇਰੀਆਂ ਮਿਹਨਤ ਨਾ ਮੇਰੀ ਮਿਹਨਤ ਦੇਖੀ ਨਾ ਮੇਰੀ ਸੇਵਾ ਦੇਖੀ। ਨਾ ਮੇਰਾ ਲੋਕਾਂ ਦੇ ਵਿੱਚ ਜਿਹੜਾ ਲੋਕਾਂ ਨਾਲ ਮੇਰਾ ਘਰ ਘਰ ਜਾ ਕੇ ਪਿਆਰ ਕੀਤਾ ਸੀ ਲੋਕਾਂ ਨੇ ਲੋਕਾਂ ਨਾਲ ਵੀ ਬੇਇਨਸਾਫ਼ ਕੀਤੀ ਹਲਕਾ ਨੇ ਹਲਸਿੰਗ ਵਾਲਿਆਂ ਦੇ ਨੇ ਇਸ ਕਰਕੇ ਮੈਨੂੰ ਬਹੁਤ ਅੱਜ ਦੁੱਖ ਨਾ ਕਹਿਣਾ ਰਿਹਾ ਜਿਹੜਾ ਬਦਰ ਜੀ ਬਹੁਤ ਜ਼ਿਆਦਾ ਦੁੱਖ ਤੁਹਾਨੂੰ ਮਹਿਸੂਸ ਹੋ ਰਿਹਾ ਤੁਹਾਡੇ ਅਸੀਂ ਫੇਸ ਤੋਂ ਹੀ ਦੇਖ ਰਹੇ ਹਾਂ ਕਿਉਂਕਿ ਮੇਰੇ ਅਨਸਾਰ ਫੇਸ ਜਿਹੜਾ ਹੈਗਾ ਅੱਜ ਮੈਯੂਸੀ 'ਚ ਬੈਠਾ ਕੀ ਕਾਰਨ ਸਮਝਦੇ ਹੋ ਤੁਹਾਡਾ ਵੱਡਾ ਮੇਨ ਕੀ ਕਾਰਨ ਸਮਝਦੇ ਹੋ ਤੁਸੀਂ ਮੇਨ 'ਚ ਕਾਰਨ ਮੈਂ ਕੀ ਦੱਸਾਂ ਜੀ ਜੇ ਪਾਰਟੀ ਵਿੱਚ ਨਹੀਂ ਨਹੀਂ ਤੁਸੀਂ ਗੱਲ ਕਰ ਰਿਹਾ ਵੀ ਤੁਹਾਡੇ ਮੁਕਾਬਲੇ ਕੋਈ ਨਹੀਂ ਸੀਗਾ ਜੀ ਕੋਈ ਤੁਹਾਡੇ ਮੁਕਾਬਲੇ ਦਾ ਬੰਦਾ ਹੀ ਹੈ ਨਹੀਂ ਸੀ ਨਿਹਾਲ ਸਿੰਘ ਵਾਲੇ ਹਲਕੇ ਤੋਂ ਜਦੋਂ ਕਿ ਜਦੋਂ ਜਥੇਦਾਰ ਤੋਤਾ ਸਿੰਘ ਜੀ ਨੇ ਹਾਲ ਸਿੰਘ ਵਾਲਾ ਛੱਡ ਕੇ ਮੋਗਾ ਆ ਗਏ ਉਸ ਤੋਂ ਬਾਅਦ ਹੀ ਸਹੀ ਕਮਾਨ ਤੁਹਾਡੇ ਕੋਲ ਆਤ ਸਾਈ ਹੈ तकरीबन 20 21 ਸਾਲਾਂ ਤੋਂ ਅਸੀਂ ਵੀ ਦੇਖ ਰਹੇ ਹੈਗੇ ਆ ਅਸੀਂ ਵੀ ਤੁਹਾਨੂੰ ਵਿਚਰਦੇ ਰਹੇ ਆ ਮਿਲਦੇ ਰਹੇ ਹੈਗੇ ਆ ਪਰ ਐਡੀ ਕੀ ਗੱਲ ਹੋ ਗਈ ਕਿਉਂਕਿ ਲਾਸਟ ਟਾਈਮ ਵੀ ਤੁਹਾਡੇ ਨਾਲ ਇੱਕਦਮ ਆ ਕੇ ਤੁਹਾਨੂੰ ਜੜਾਗਾ ਨਿਹਾਲ ਸਿੰਘ ਵਾਲਾ ਕਟਾ ਕੇ ਤੁਹਾਨੂੰ ਜਗਰਾਉਂ ਭੇਜ ਦਿੱਤਾ ਗਿਆ ਔਰ ਜਗਰਾਉ ਤੋਂ ਉਮੀਦਵਾਰ ਮੋਗੇ ਇੱਥੇ ਨਿਹਾਲ ਸਿੰਘ ਵਾਲੇ ਲਿਆਂਦਾ ਐਤਕੀ ਫਿਰ ਮੂਵਮੈਂਟ ਜਦੋਂ ਕਿ ਸਾਰੀਆਂ ਸੀਟਾਂ ਡਿਕਲੇਅਰ ਹੋ ਗਈਆਂ ਮੋਗੇ ਤੁਹਾਡੀ ਟਿਕਟ ਡਿਕਲੇਅਰ ਹੋਣੀ ਚਾਹੀਦੀ ਸੀ ਕਿ ਉਸ ਦਿਨ ਇਹ ਹੋਈ ਗਈ ਪਰ ਹੁਣ ਕੀ ਮਸਲਾ ਤੁਸੀਂ ਸਾਬੇ ਤੁਹਾਡੇ ਮਨ ਚ ਕੀ ਆ ਰਿਹਾ ਮੈਨੂੰ ਇਹ ਹੀ ਤਾਂ ਸਮਝ ਨਹੀਂ ਆ ਰਿਹਾ ਕਿਉਂਕਿ ਕੋਈ ਪਾਰਟੀ ਪ੍ਰਧਾਨ ਮੇਰਾ ਕਸੂਰ ਤਾਂ ਦੱਸੇ ਨਾ ਵੀ ਕੋਈ ਕਸੂਰ ਹੈਗਾ ਇੰਨਾ ਕੰਮ ਕਰਨ ਦੇ ਬਾਵਜੂਦ ਤੇ ਇਸ ਤਰ੍ਹਾਂ ਹੁੰਦਾ ਬੰਦਾ ਇਨਸਾਨ ਤੇ ਫਿਰ ਬੰਦਾ ਕਿੱਧਰ ਨੂੰ ਜਾਊਗਾ ਦੱਸੋ ਜੀ ਕਿਹੜਾ ਬੰਦਾ ਪਾਰਟੀ ਚ ਕੰਮ ਕਰੂਗਾ ਮੈਨੂੰ ਮੈਨੂੰ ਦੁੱਖੀ ਇਸ ਗੱਲ ਦਾ ਵੀ ਪਾਰਟੀ ਪ੍ਰਧਾਨ ਅਨਸਰਾਰ ਸਵੀਰ ਸਿੰਘ ਜੀ ਵੱਲ ਇੱਕ ਵਾਰੀ ਮੇਰਾ ਕਸੂਰ ਕੱਢਦੇ ਮੈਨੂੰ ਸਾਧਦੇ ਮੇਰੇ ਚਾਹ ਨੁਕਸ ਹੈ ਨੁਕਸਰਾ ਪਤਾ ਲੱਗ ਗਿਆ ਤੁਸੀਂ ਬੜੇ ਭਾਵਕ ਹੋਏ ਆ ਇਸ ਵੇਲੇ ਮੈਂ ਦੇਖ ਰਿਹਾ ਕਿ ਤੁਹਾਡੇ ਕੋਲ ਸ਼ਬਦ ਵੀ ਨਹੀਂ ਹੈ ਬੋਲਣਾਂ ਵਾਸਤੇ ਪਰ ਕੀ ਉਦੋਂ ਬਾਅਦ ਤੁਸੀਂ ਕਿਸੇ ਨੂੰ ਅਪਰੋਚ ਕੀਤੀ ਅਪਰੋਚ ਮੈਂ ਕੀ ਕਰਨਾ ਸੀ ਜੀ ਵੇਖੋ ਜਦੋਂ ਇੱਥੇ ਤਕੜੇ ਲੋਕਾਂ ਦਾ ਵੱਡੇ ਲੋਕਾਂ ਦੇ ਇੱਕ ਸਾਜਚਾ ਰਾਜਣ ਇੱਕ ਬੰਦੇ ਨੂੰ ਕੰਮ ਕਰਦੇ ਨੂੰ ਜਿਹੜਾ ਮਿਹਨਤ ਕਰਨਾ ਹੀ ਕੋਈ ਪਾਪ ਆ ਪਾਰਟੀ ਦੀ ਸੇਵਾ ਕਰਨਾ ਹੀ ਕੋਈ ਪਾਪ ਆ ਬਿਨਾ ਮਤਲਬ ਤੋਂ ਮੈਂ ਕਿਹਾ ਇੱਕ ਸਾਜਚਾ ਰਚ ਕੇ ਇਹ ਟੈਕਟ ਕੱਟੀ ਨਹੀਂ ਗਈ ਕਟਾਈ ਗਈ ਆ ਇਹ ਤਾਂ ਬਿਲਕੁਲ ਬਿਲਕੁਲ ਕਿਉਂਕਿ ਪਾਰਟੀਆਂ ਦੇ ਵਿੱਚ ਅਕਸਰ ਐਦਾਂ ਹੀ ਹੁੰਦਾ ਕਿ ਜਦੋਂ ਬੰਦਾ ਬਹੁਤ ਵੱਡਾ ਕੰਮ ਕਰਦਾ ਹੋਵੇ ਦੂਜਿਆਂ ਨੂੰ ਏਨ ਲੱਗਦਾ ਵੀ ਇਹ ਸਾਡੇ ਤੋਂ ਅੱਗੇ ਨਾ ਵੱਧ ਜਾਵੇ ਇਹ ਨੈਚਰ ਨਹੀਂ ਲੱਗਦਾ ਹੈਗਾ ਬਿਲਕੁਲ ਤੁਹਾਡੀ ਗੱਲ ਸਹੀ ਹੈਗੀ ਜੇ ਹੁੰਦੀ ਸਥਿਤੀ ਵੀ ਦੇਖੀ ਜਾਵੇ ਤਾਂ ਇਹ ਦੇਖਣ ਚ ਲੱਗ ਰਿਹਾ ਸੀਗਾ ਕਿ ਨਿਹਾਲ ਸਿੰਘ ਵਾਲਾ ਬਹੁਤ ਵੱਡੀ ਲੀਡ ਦੇ ਉੱਪਰ ਸੀਟ ਜਿਹੜੀ ਹੈਗੀ ਐਤਕੀ ਜਿੱਤ ਕੇ ਆਊਗੀ ਜੇਕਰ ਭពਿੰਦਰ ਸਿੰਘ ਸਾਹੋਕੇ ਨੂੰ ਟਿਕਟ ਮਿਲਦੀ ਕਿਉਂਕਿ ਉਦੋਂ ਅਸੀਂ ਰੈਲੀ ਦੇ ਜਦੋਂ ਮੀਟਿੰਗ ਕੀਤੀ ਸੀ ਉਦੋਂ ਵੀ ਸਾਨੂੰ ਲੋਕ ਕਹਿੰਦੇ ਸੀਗੇ ਸਾਨੂੰ ਲੋਕ ਪੁੱਛਦੇ ਸੀਗੇ ਜੀ ਮੋਗੇ ਦਾ ਕੀ ਹਾਲ ਹੈ ਤਰਮਕੋਟ ਦਾ ਕੀ ਹਾਲ ਹੈ ਬਾਗੇਪੜੇ ਦਾ ਕੀ ਹਾਲ ਹੈ ਪਰ ਉੱਥੇ ਲੋਕਾਂ ਦੀ ਆਵਾਜ਼ ਇਹ ਸੀ ਕਿ ਨਿਹਾਲ ਸਿੰਘ ਵਾਲਾ ਜਿਹੜੀ ਹੈ ਸੀਟ ਬਹੁਤ ਹੀ ਵੱਡੀ ਲੀਡ ਤੇ ਕੱਢੂਗੀ ਮੈਡਮ ਵੀ ਕਾਫੀ ਦਿਨ ਜਿਹੜੇ ਹੈਗੇ ਨੇ ਉਹਨਾਂ ਨੇ ਆਪਣੀ ਨੌਕਰੀ ਛੱਡ ਕੇ ਜਿਹੜਾ ਹੈਗਾ ਜ਼ਿਲ੍ਹਾ ਪ੍ਰਸ਼ਦ ਦੇ ਵਿੱਚ ਕੰਮ ਕੀਤਾ ਹੈਗਾ ਉਦੋਂ ਵੀ ਲੋਕਾਂ ਦੀ ਸੇਵਾਵਾਂ ਕੀਤੀਆਂ ਇੱਕ ਵਾਰ ਨਹੀਂ ਜੋੜਦਾ ਮੈਨੂੰ ਬੋਲਿਆ ਗਿਆ ਲਾਸਟ ਦੇ ਵਿੱਚ ਪਹਿਲਾਂ ਹਲਕਾ ਇੰਚਾਰਜ ਵੇਖੋ ਸਰਦਾਰ ਸਵੀਰ ਸਿੰਘ ਜੀ ਬਾਦਲ ਉਹਨਾਂ ਨੇ ਦੋ ਵਾਰੀ ਮੈਨੂੰ ਠਾ ਕੇ ਕਿਹਾ ਵੀ ਇਹ ਯਾਰ ਗਰੀਬ ਬੰਦਾ ਇਹਦਾ ਕੰਮ ਕਰਨ ਦਾ ਸਟਾਈਲ ਦੇਖੋ ਸਰ ਮਜੀਠੀਆ ਸਾਹਿਬ ਵੀ ਸੀ ਅਮਰੁਕਾ ਸਾਹਿਬ ਸੀ ਸਾਰੇ ਸਾਡੇ ਜ਼ਿਲ੍ਹੇ ਦੇ ਤੀਰਥ ਮੱਲਾ ਵੀ ਸੀ ਉਹਨਾਂ ਤਾਂ ਪੁੱਛ ਹੀ ਸਕਦੇ ਵੀ ਉਹਨੂੰ ਤੱਬ ਵੀ ਤੁਹਾਨੂੰ ਸਾਹੂਖੀ ਸਾਹਿਬ ਨੂੰ ਉਹਨਾਂ ਨੇ ਸ਼ਾਬਾਸ਼ ਦਿੱਤੀ ਕਿ ਨਹੀਂ ਵੀ ਉਹਦਾ ਕੰਮ ਕਰਨ ਦਾ ਸਟਾਈਲ ਦੇਖੋ ਬੂਥ ਕਮੇਟੀਆਂ WhatsApp ਕਰਪਾ ਇੰਨਾ ਕੰਮ ਕਰਨ ਦੇ ਬਾਵਜੂਦ ਐਡੀ ਵੱਡੀ ਸਜ਼ਾ ਦਿੱਤੀ ਇਹੀ ਤਾਂ ਮੈਂ ਬਾਰ-ਬਾਰ ਪੁੱਛ ਰਿਹਾ ਵੀ ਮੇਰਾ ਇੱਕ ਵੀ ਕਸੂਰ ਦੱਸ ਦੇ ਵੇਖੋ ਤੁਹਾਡੇ ਸਾਹਮਣੇ ਫੇਰ ਇਹਨਾਂ ਨੇ ਲਾਸਟ ਗੇਮ ਕੀ ਕਮਾਈ ਵੀ ਬੀਬੀ ਨੂੰ ਟਿਕਟ ਦੇਣੀ ਮੈਡਮ ਨੂੰ ਦੇਣੀ ਆ ਇਹਨਾਂ ਨੂੰ ਮੈਂ ਬਾਹਰੋਂ ਬੁਲਾਇਆ ਗਿਆ ਇਹਨਾਂ ਨੂੰ ਬੁਲਾ ਕੇ ਇਹਨਾਂ ਨੇ ਫੋਨ ਵੀ ਕੀਤਾ ਫੋਨ ਤੇ ਫੋਨ ਤੇ ਸੱਦ ਕੇ ਇਹਨਾਂ ਨੂੰ ਬੁਲਾਇਆ ਗਿਆ ਬੁਲਾਉਣ ਦੇ باوجود ਫਿਰ ਵੀ ਇਹਦਾ ਮਨ ਹੀ ਬਣ ਚੁੱਕਿਆ ਸੀ ਵੀ ਅਸੀਂ ਇਸ ਪਰਿਵਾਰ ਨੂੰ ਕੰਟੈਕਟ ਨਹੀਂ ਦੇਣੀ ਨਹੀਂ ਜਿਵੇਂ ਕਿ ਤੁਹਾਡੇ ਵਾਈਫ ਜਿਹੜੇ ਸੀਗੇ ਉਹ ਬੱਚਿਆਂ ਦੇ ਕੋਲ ਫੋਰਨ 'ਚ ਸੀਗੇ ਸਿਰਫ ਐਸੇ ਕਰਕੇ ਤੁਸੀਂ ਵਾਪਸ ਬੁਲਾਇਆ ਵੀ ਇੱਥੇ ਆ ਕੇ ਹੁਣ ਇਲੈਕਸ਼ਨ ਲੜਨਗੇ ਨਹੀਂ ਪਾਰਟੀ ਦੇ ਪਾਰਟੀ ਵੱਲੋਂ ਇਹ ਇੱਕ ਮੈਨੂੰ ਕਿਹਾ ਗਿਆ ਬੀ ਤੁਸੀਂ ਬੀਬੀ ਨੂੰ ਬੁਲਾ ਲਓ ਚਲ ਉਹਨਾਂ ਨੂੰ ਟਿਕਟ ਦੇ ਦਾਂਗੇ ਪਾਰਟੀ ਪਾਰਟੀ ਵੱਲੋਂ ਜੜਾਗਾ ਇਹ ਭਪਿੰਦਰ ਸਿੰਘ ਸਾਹੋ ਕੈਨੂੰ ਕਿਹਾ ਗਿਆ ਕਿ ਇਸ ਵਾਰ ਜਿਹੜੀ ਨਿਹਾਲ ਸਿੰਘ ਵਾਲਾ ਤੋਂ ਟਿਕਟ ਦੇਣੀ ਹੈਗੀ ਤੁਹਾਡੀ ਵਾਈਫ ਨੂੰ ਦਵਾਂਗੇ ਕਿਉਂਕਿ ਪਿਛਲੀ ਵਾਰੀ ਵੀ ਜੜਾਗਾ 2017 ਦੇ ਵਿੱਚ ਵੀ ਗਈ ਜਗਰਾਉ ਤੋਂ ਇਹਨਾਂ ਦੀ ਵਾਈਫ ਨੇ ਇਲੈਕਸ਼ਨ ਲੜਿਆ ਸੀ ਔਰ ਇਹ ਇਹਨਾਂ ਦੇ ਜਿਹੜੇ ਬੱਚੇ ਨੇ ਵਿਦੇਸ਼ ਨੇ ਔਰ ਵਾਈਫ ਇਹਨਾਂ ਦੀ ਜ਼ਿਆਦਾਤਰ ਉੱਥੇ ਹੀ ਰਹਿੰਦੇ ਹੈਗੇ ਨੇ ਪਰ ਜੇ ਗੱਲ ਕਰੀਏ ਭਪਿੰਦਰ ਸਿੰਘ ਸਾਹੋ ਕੀ ਦੀ ਤੇ ਮੋਗੇ ਜ਼ਿਲ੍ਹੇ ਦਾ ਬੱਚਾ ਬੱਚਾ ਜੜਾ ਹੈਗਾ ਇਸ ਵੇਲੇ ਇਹਨਾਂ ਦੇ ਨਾਲ ਸਾਹੋ ਕੇ ਸਾਹਿਬ ਹੁਣ ਅਗਲੀ ਰਣਨੀਤੀ ਕੀ ਹੈਗੀ ਆਪਣੀ ਵੇਖੋ ਜੀ ਮੈਂ ਲੋਕਾਂ ਦਾ ਸੇਵਾਦਾਰ ਆ 15 ਸਾਲ ਤੋਂ ਘਰ 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 ਬੱਚੇ-ਬੱਚੇ ਦੇ ਨਾਂ ਤੇ ਐਸਾ ਹੋ ਕੇ ਨਾਂ ਪਚਾਇਆ ਮੈਂ ਜਾ ਕੇ ਲੋਕਾਂ ਨੂੰ ਨੁਕਨ ਦੇ ਵਿਚਰੂੰਗਾ ਮੈਨੂੰ ਲੋਕਾਂ ਦੇ ਨਾ ਬਹੁਤ ਪਿਆਰ ਆ ਤੇ ਲੋਕਾਂ ਦੇ ਵਿੱਚ ਜਿਹੜੇ ਪਰਿਵਾਰਕ ਮੇਰੀਆਂ ਸਾਂਝਾ ਤੇ ਲੋਕਾਂ ਦੇ ਨਾਲ ਤਾਲਮੇਲ ਕਰਕੇ ਇੱਕ ਉਹਨਾਂ ਦੇ ਮੀਟਿੰਗਾਂ ਕਰਕੇ ਉਹਨਾਂ ਤੋਂ ਉਨ੍ਹਾਂ ਦੇ ਵਿਚਾਰ ਜਾਣ ਕੇ ਉਹ ਕੀ ਚਾਹੁੰਦੇ ਲੋਕ ਕੀ ਚਾਹੁੰਦੇ ਲੋਕ ਹੀ ਮੇਰੀ ਤਾਕਤ ਆ ਲੋਕ ਹੀ ਮੇਰਾ ਸਰਮਾਇਆ ਕਿਉਂਕਿ ਮੇਰੀ ਤੇਲਫਲ ਸੇਵਾ ਸੀ ਜਿਹੜੀ ਮੈਂ ਤਾਂ ਆਪਦੀ ਉਹ ਲਾ ਚੁੱਕਾ ਲੋਕਾਂ ਦੇ ਵਾਸਤੇ ਲੋ ਇਸ ਟਾਈਮ ਲੋਕ ਹੀ ਮੇਰੀ ਸ਼ਕਤੀ ਆ ਇਸ ਕਰਕੇ ਲੋਕਾਂ ਨੂੰ ਪੁੱਛਾਂਗਾ ਲੋਕ ਲੋਕ ਤਾਂ ਚਾਹੁੰਦੇ ਨੇ ਕਿ ਭਪਿੰਦਰ ਸਿੰਘ ਸਾਹ ਹੋ ਕੇ ਜਦਗਾ ਇਲੈਕਸ਼ਨ ਲੜੇ ਔਰ ਲੋਕ ਨਾਲ ਨੇ ਕਿਉਂਕਿ ਲੋਕਾਂ ਨੇ ਉਸ ਦਿਨ ਜਿਹੜਾ ਸਮਰਥਨ ਦਿਖਾਇਆ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗ ਦੇ ਵਿੱਚ ਉਥੋਂ ਇਹ ਬਿਲਕੁਲ ਜਾਹਰ ਉਹਨਾਂ ਨੇ ਕਰਤਾ ਇੱਕ ਚੀਜ਼ ਸਾਹ ਹੋ ਕੇ ਸਾ ਮੈਂ ਤੁਹਾਨੂੰ ਜਿਹੜੀ ਪੁੱਛਣੀ ਚਾਹਾਂਗਾ ਕਿਉਂਕਿ ਲੰਬੇ ਸਮੇਂ ਨਾਲ ਵਿਚਰਦੇ ਆ ਰਹੇ ਆਂ ਦੇਖਦੇ ਰਹਿੰਦੇ ਆਂ ਤੁਹਾਨੂੰ ਅਸੀਂ ਤੁਹਾਡੇ ਨਾਲ ਜਥੇਦਾਰ ਤੋਤਾ ਸਿੰਘ ਜੀ ਦਾ ਉਹ ਰਿਲੇਸ਼ਨ ਸੀਗਾ ਜਿੱਦਾਂ ਉਹ ਬਰਜਦਰ ਨੂੰ ਸਮਝਦੇ ਸੀ ਉਵੇਂ ਤੁਹਾਨੂੰ ਸਮਝਦੇ ਸੀ ਮੈਂ ਇਹੀ ਤਾਂ ਗੱਲ ਕਹਿ ਰਿਹਾ ਵੀ ਮੈਨੂੰ ਮੇਰਾ ਕਸੂਰ ਤਾਂ ਦੱਸਦੇ ਨਾ ਜੇ ਕੋਈ ਆਪਦੇ ਜੇ ਕੋਈ ਬੱਚਾ ਕੋਈ ਗਲਤੀ ਕਰਦਾ ਉਹਨੂੰ ਘਰੇ ਬਿਠਾ ਕੇ ਸਮਝਾਇਆ ਜਾਂਦਾ ਉਹਨੂੰ ਝਟਕਾਇਆ ਜਾਂਦਾ ਇੱਕ ਇੱਕ ਉਹਦਾ ਪੁਹਿਖੀ ਖਰਾਬ ਕਰਦਾ ਉਹਨੂੰ ਉਹਨੂੰ ਮਾਰ ਹੀ ਦੇਣਾ ਇਹ ਕਿੱਥੇ ਲਿਖਿਆ ਇਨਸਾਨੀਅਤ ਕਿੱਥੇ ਆ ਬਿਲਕੁਲ ਹੁਣ ਇਸ ਵੇਲੇ ਇਹਨਾਂ ਦਾ ਜਿਹੜਾ ਹੈਗਾ ਕਹਿਣਾ ਹੈਗਾ ਕਿ ਮੇਰਾ ਜਿਹੜਾ ਹੈਗਾ ਭਵਿੱਖ ਖਰਾਬ ਹੋ ਚੁੱਕਿਆ ਹੈਗਾ ਕਿਉਂਕਿ ਮੈਂ ਆਪਣਾ ਸਾਰਾ ਦਰੋਮਦਾਰ ਜਿਹੜਾਗਾ ਪਾਰਟੀ ਦੇ ਸਿਰ ਤੇ ਲਾ ਦਿੱਤਾ ਔਰ ਸਾਰਾ ਖਰਚਾ ਜੋ ਵੀ ਮੈਂ ਕਰਦਾ ਰਿਹਾ ਹੈਗਾ ਚਾਹੇ ਉਹ ਰੈਲੀਆਂ ਹੋਣ ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਹੋਵੇ ਕਦੇ ਮੈਂ ਆਪਣੇ ਘਰ ਤੋਂ ਆਪਣੇ ਬੱਚਿਆਂ ਦੇ ਮੂੰਹ ਤੋਂ ਖੋ ਕੇ ਜੜਾਗਾ ਪਾਰਟੀ ਵਾਸਤੇ ਲਾਇਆ ਪਰ ਹੁਣ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਨਾਲ ਭਪਿੰਦਰ ਸਿੰਘ ਸਾਹੋਕੇ ਨੇ ਕਰੀਬ 20 ਸਾਲ ਜਿਹੜੇ ਹੈਗੇ ਨੇ ਪਾਰਟੀ ਦੇ ਵਿੱਚ ਗੁਜ਼ਾਰਤੇ ਔਰ ਲਗਾਤਾਰ ਹਰ ਕੰਮ ਦੇ ਵਿੱਚ ਅੱਗੇ ਹੁੰਦੇ ਰਹੇ ਨੇ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਭពਿੰਦਰ ਸਿੰਘ ਸਾਹ ਕੋ ਵੱਲੋਂ ਜਿਹੜਾ ਮੋਗਾ ਨਗਰ ਨਿਗਮ ਦੇ ਵਿੱਚ ਐਮਸੀ ਦਾ ਇਲੈਕਸ਼ਨ ਲੜਿਆ ਗਿਆ ਸੀਗਾ ਜਦੋਂ ਕਿ ਨਗਰ ਨਿਗਮ ਨਹੀਂ ਸੀ ਨਗਰ ਕਾਉਂਸਲ ਸੀਗੀ ਉਸ ਵੇਲੇ ਭពਿੰਦਰ ਸਿੰਘ ਸਾਹ ਹੋ ਕੇ ਮੋਗਾ ਦੇ ਵਿੱਚ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤਣ ਵਾਲੇ ਉਮੀਦਵਾਰ ਸੀ ਜਿਹੜੇ ਕਿ ਪਹਿਲੇ ਨੰਬਰ ਤੇ ਆਏ ਸੀਗੇ ਔਰ ਉਸ ਤੋਂ ਬਾਅਦ ਇਹਨਾਂ ਦੀ ਵਾਈਵ ਵੱਲੋਂ ਵੀ ਜਿਹੜਾ ਇਲੈਕਸ਼ਨ ਲੜਿਆ ਗਿਆ ਸੀ ਉਦੋਂ ਵੀ ਇਹ ਪੰਜਾਬ ਚ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤੇ ਸੀਗੇ ਹੁਣ ਇਹਨਾਂ ਵੱਲੋਂ ਦਾਰੋਬਦਰ ਜਿਹੜਾ ਹੈਗਾ ਸਾਰੀ ਜਨਤਾ ਦੇ ਉੱਤੇ ਛੱਡ ਦਿੰਦਾ ਹੈ ਨਿਹਾਲ ਸਿੰਘ ਵਾਲਾ ਹਲਕੇ ਦੇ ਉੱਪਰ ਛੱਡ ਦਿੰਦਾ ਹੈਗਾ ਕਿ ਨਿਹਾਲ ਸਿੰਘ ਵਾਲਾ ਹਲਕੇ ਦੇ ਲੋਕ ਕੀ ਕਹਿਣਗੇ ਜਿਸ ਤਰ੍ਹਾਂ ਉਹ ਕਹਿਣਗੇ ਉਸੇ ਤਰੀਕੇ ਨਾਲ ਹੀ ਅੱਗੇ ਚੱਲਣਗੇ ਸਹਿਯੋਗੀ ਦਿਲੀਪ ਦੇ ਨਾਲ ਵੈਪਨ ਉਕਾੜਾ ਫੈਕਟ ਨਿਊਜ਼ ਮੋਗਾ